ਦੇ ਉੱਤੇ ਜੁੜਦਾ ਹੋਇਆ ਨਾ ਉਹਨਾਂ ਦੇ ਪੁੱਜੜਾ ਮਾਗੀ ਮੁਸਤਫਾ ਦੇ ਚੂੜ ਚੱਕਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਆਪਾਂ ਮਾੜੀ ਮੁਸਤਫਾ ਦੇ ਚੂੜ ਚੱਕਦੀਆਂ ਟੀਮਾਂ ਨੂੰ ਬੇਨਤੀ ਕਰਦੇ ਵੀ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮਾੜੀ ਮੁਸਤਫਾ ਦੇ ਚੂੜ ਚੱਕਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਇਹ ਬੇਨਤੀ ਆ ਮਾੜੀ ਮੁਸਤਫਾ ਤੇ ਚੂੜ ਚੱਕ ਲਓ ਸਾਹਮਣੇ ਦੇਖਦੇ ਵੀ ਉਹ ਜਵਾਨੀ ਢਾਲੀ ਹੈ ਸ਼ਰੀਕਾ ਦੇ ਵਿਹੜ ਦੇ ਵਿੱਚ ਲਓ ਲਾਕੜਾ ਹਲੇਮਾ ਕਿਤੇ ਮੋਟਾ ਪੱਟ ਚੁੱਕੇ ਹੈ ਤੇ ਪੁਆਇੰਟ ਜਿਹੜਾ ਚੜਿਕ ਦੀ ਟੀਮ ਦੇ ਸਿੰਘਪੁਰੇ ਦਾ ਕੇਵਲ ਹੈ ਦੂਜੇ ਪਾਸੇ ਕਹਿੰਦੇ ਵੀ ਜਲਾਲਾਬਾਦ ਦਾ ਸੁਰ ਛੋਟੀ ਉਮਰ ਦੇ ਵਿੱਚ ਸਿਰੇ ਦਾ ਜਾਸ ਬਣ ਗਿਆ ਹੈ ਲਓ ਸਾਹਮਣੇ ਦੇਖਦੇ ਵੀ ਹੁਣ ਚੜਿਕ ਵਾਲੀ ਪਾਈ ਹੋਈ ਕਬੱਡੀ ਦੇ ਚਾਰ ਜਾਸਤੀ ਹੈ ਦੋ ਚੜਿਕ ਦੀ ਧਰਤੀ ਦੇ ਹੈ ਆਪਾਂ ਦੇਖਦੇ ਵੀ ਹੁਣ ਸਾਹਮਣੇ ਲਾਈਆਂ ਨੇ ਕਬੱਡੀ ਪਾਉਣਾ ਹੋਇਆ ਇਸ ਦੇ ਲਈ ਚਾਰ ਜਾਸੀਆਂ ਦੇ ਉੱਪਰ ਅਟੈਕ ਬੋਲਿਆ ਹੋਇਆ ਚਾਰ ਜਾਸੀ ਅੱਠ ਅੱਖਾਂ ਦੇ ਵਿਉਂਤਬੰਦੀ ਪੂਰੀ ਬਣਾਈ ਹੋਈ ਹੈ ਰਿਸ਼ਵ ਫੂਲੇ ਵਾਲੇ ਪਿੰਡ ਦਾ ਹੁਣ ਕੀ ਫੈਸਲਾ ਦੇਵੇਗਾ ਇਹਦੇ ਸਮੇਂ ਨੇ ਦੱਸਣਾ ਆਹ ਕੇਵਲ ਹੈ ਬਾਂਸੀਪੁਰੇ ਪਿੰਡ ਦਾ ਜਿਹਨੇ ਵੱਧ ਕੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਚੜਿਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਮਾਲੀ ਮੁਸਤਫਾ ਦੇ ਚੂੜ ਚੱਕਦੀ ਹੈ ਟੀਮਾਂ ਨੂੰ ਜਿਹੜੀ ਲਓ ਰਿਸ਼ਵ ਅਗਲੀ ਕਬੱਡੀ ਪਾਉਂਦਾ ਹੋਇਆ ਮੁਸ਼ਕੀ ਜਾਂ ਰੰਗ ਆ ਲਾਲ ਪੱਟੀ ਆ ਵਿੱਚ ਚਿੱਟੀਆਂ ਧਾਰੀਆਂ ਨੇ ਹੁਣ ਦੇਖਦੇ ਵੀ ਕਿਹਦੇ ਦਾ ਪਲੰਬ ਪਾਉਂਦਾ ਬਲਾਜੇ ਦਾਰੀਆਂ ਤੇ ਸਮੇਂ ਨੇ ਦੱਸਣਾ ਹੈ ਲਓ ਰਿਸ਼ਵ ਦੀ ਪਾਈ ਹੋਈ ਕਬੱਡੀ ਮਲਕੜੇ ਜੇ ਪਾਪੀ ਸੁਭਾਈ ਬਣਦੇ ਉੱਡਦੀ ਹੈ ਮਾਂ ਬੇਟੀ ਦੀ ਧੂੜ ਔਰ ਨਾਲ ਹੀ ਅੱਜ ਦੇ ਚੀਫ ਗੈਸਟ ਸਿੰਘ ਮਜੀਠੀਆ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਉਹਨਾਂ ਨੇ ਵੀ ਸ਼ਿਰਕਤ ਕਰਨੀ ਹੈ ਨਾਲ ਜਥੇਦਾਰ ਸਰਦਾਰ ਤੋਤਾ ਸਿੰਘ ਜੀ ਤਰਸੇਮ ਸਿੰਘ ਜੀ ਰੱਤੀਆ ਚੇਅਰਮੈਨ ਪਲੈਨਿੰਗ ਬੋਰਡ ਪੰਜਾਬ ਔਰ ਨਾਲ ਹੀ ਅਮਰਜੀਤ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਵਿਸ਼ੇਸ਼ ਤੌਰ ਤੇ ਪੁੱਜਣਗੇ ਆਪਾਂ ਸਾਰੇ ਜੀ ਆਏ ਆਖਾਂਗੇ ਲਓ ਸਾਹਮਣੇ ਦੇਖਦੇ ਵੀ ਪੁਆਇੰਟ ਜਿਹੜਾ ਤੇ ਬੜੇ ਸੋਹਣੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਕਿ ਖੇਡੀ ਜਾਂਦੀ ਸੀ ਤੂੰ ਰੋੜਿਆਂ ਦੇ ਉੱਤੇ ਹੁਣ ਤੂੰ ਸਟੇਡੀਅਮ ਵਿੱਚ ਖੇਡੀ ਜਾਂਦੀ ਆਏ ਸਾਲ ਕਈਆਂ ਘਰਾਂ ਦੇ ਪੁੱਤ ਕਨੇਡਾ ਖੇਡਣ ਲੈ ਜਾਵੇ ਪਤਾ ਨੀ ਤੇਰੇ ਵਿੱਚ ਕੀ ਚਾੜ ਦਿੰਦੀ ਹੈ ਮਨ ਨੂੰ ਸਰੂਰ ਤੂੰ ਤੇਰੇ ਸਦਕੇ ਜਾਵਾਂ ਕਬੱਡੀਏ ਦੀ ਕਰਦੀ ਕਈਆਂ ਘਰਾਂ ਦੀ ਗਰੀਬੀ ਦੂਰ ਤੂੰ ਤੇਰੇ ਸਦਕੇ ਜਾਵਾਂ ਕਬੱਡੀਏ ਦੀ ਕਰਦੀ ਕਈਆਂ ਘਰਾਂ ਦੀ ਗਰੀਬੀ ਦੂਰ ਤੂੰ ਲਓ ਹਲਕਾ ਟੱਚ ਫੁੱਲ ਵਾਲੀਆਂ ਲਓ ਰੇਸ਼ਮ ਦੀ ਪਾਈ ਹੋਈ ਕਬੱਡੀ ਹੁਣ ਦੇਖਦੇ ਵੀ ਰੇਸ਼ਮ ਨੌਜਵਾਨ ਇੰਦਗੜੀਆ ਕਬੱਡੀ ਮੌਨ ਦੇ ਲਈ ਵਧਿਆ ਹੋਇਆ ਗਿਆਰਵੀਂ ਵਾਲੀ ਸੱਚੀ ਸਰਕਾਰ ਦੀ ਧਰਤੀ ਹੈ ਕਿ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਇੱਕ ਵਾਰੀ ਦੇਖ ਮੰਗ ਕੇ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਇੱਕ ਵਾਰੀ ਦੇਖ ਮੰਗ ਕੇ ਬਾਈਏ ਸਾਡੇ ਫੈਸਲਾ ਕਰੇ ਉੱਚਾ ਗੱਭਰੂ ਤੇ ਉੱਚੀ ਇਹਦੀ ਹੇਕ ਆਹ ਫੜੀ ਨੀ ਮਾਏ ਪੂਲੀਆ ਮੈਨੂੰ ਗੋਡਾ ਲੈਣ ਦੇ ਵੇਖ ਆਹ ਫੜੀ ਨੀ ਮਾਏ ਪੂਲੀਆ ਮੈਨੂੰ ਗੋਡਾ ਲੈਣ ਦੇ ਵੇਖ ਲਓ ਸਾਹਮਣੇ ਚੜਿਕਰੇ ਚੜਿਕਰੇ ਕਹਿੰਦੇ ਵੀ ਨੌਜਵਾਨ ਦਾ ਬੋਲਿਆ ਹੋਇਆ ਭਾਵਾ ਇੰਦਗੜ ਦੇ ਵਿਹੜ ਦੇ ਵਿੱਚ ਚਾਰ ਜਾਫੀ ਪਿੱਛੇ ਨੂੰ ਫੜਦੇ ਜਾ ਰਹੇ
ਵਾਲੇ ਹੁਣ ਦੇਖਾਂਗੇ ਵੀ ਆਹ ਰਾਈਵਰ ਜਲਾਲਾਬਾਦ ਪਿੰਡ ਦਾ ਇੱਕ ਜਲਾਲਾਬਾਦ ਗੁਰੂ ਗ੍ਰੰਥ ਸਾਹਿਬ ਦੇ ਲਾਗੀ ਹੈ ਤੇ ਇਹ ਜਲਾਲਾਬਾਦ ਭਿੰਡਰਾਂ ਦੇ ਲਾਗੀ ਹੈ, ਧਰਮਕੋਟ ਦੇ ਧਰਤੀ ਹੈ, ਪੀਰਾਂ ਦੀ ਧਰਤੀ ਹੈ। ਔਰ ਗੋਇਲ ਜਿਹੜਾ ਰੇਟਰ ਦੇ ਇਸੇ ਹੈ ਸੁਰਜਣ ਸਿੰਘ ਜੀ, ਦੀਪਾ ਸਿੰਘ ਦੱਸਿਓ ਵੀ ਜਿਹੜੀ ਚੜਿੱਕ ਦੀ ਟੀਮ ਉਸ ਮੈਚ ਨੂੰ ਵਿਨ ਕਰ ਚੁੱਕੀ ਹੈ। ਫੌਜੀ ਲਿਖ ਲਈ ਮੇਰੇ ਵੀਰ ਵੀ ਚੜਿੱਕ ਦੀ ਟੀਮ ਜੇਤੂ ਹੈ ਇਸ ਮੈਚ ਦੇ ਵਿੱਚ। ਚੜਿੱਕ ਦੀ ਟੀਮ ਜਿਹੜੀ ਮੈਚ ਜਿੱਤ ਚੁੱਕੀ ਹੈ। ਆਪਾਂ ਬੇਨਤੀ ਕਰਦੇ ਹਾਂ ਵੀ ਮਾੜੀ ਮੁਸਤਫਾ ਦੇ ਚੂੜ ਚੱਕ ਦਾ ਮੈਚ ਸ਼ੁਰੂ ਕਰਵਾਇਆ ਜਾਵੇ ਗਰਾਊਂਡ ਦੇ ਵਿੱਚ। ਸਾਡੇ ਜਸਪਾਲ ਸਿੰਘ ਜੀ ਕਹਿੰਦੇ ਵੀ ਗੁਰੂ ਕਾ ਲੰਗਰ ਜਿਹੜਾ ਟੁੱਟ ਵਰਤ ਰਿਹਾ ਹੈ, ਜਿਹੜੀ ਸਕੂਲ ਦੀ ਬਿਲਡਿੰਗ ਉਹਦੇ ਵਿੱਚ ਲੰਗਰ ਪ੍ਰਸ਼ਾਦਾ ਵਰਤ ਰਿਹਾ, ਜੇ ਕਿਸੇ ਸੱਜਣ ਨੂੰ ਲੋੜ ਹੈ ਤੇ ਜਾ ਕੇ ਛੱਕ ਸਕਦਾ ਹੈ। ਜਿਹੜਾ ਲੰਗਰ ਪ੍ਰਸ਼ਾਦਾ ਵਰਤ ਰਿਹਾ ਜੇ ਕਿਸੇ ਸੱਜਣ ਨੂੰ ਲੋੜ ਹੈ ਤੇ ਜਾ ਕੇ ਛੱਕ ਸਕਦਾ। ਨਾਲ ਹੀ ਸਾਡਾ ਵੀਰ ਖੋਖਰ ਆਪਾਂ ਧੰਨਵਾਦ ਕਰਦੇ ਹਾਂ, ਲਿਖਦਾ ਬਹੁਤ ਸੋਹਣਾ, ਪਰਮਾਤਮਾ ਹਮੇਸ਼ਾ ਹੀ ਇਸੇ ਤਰ੍ਹਾਂ ਬਲ ਬਖਸ਼ੇ ਕਲਮਾਂ ਨੂੰ। ਔਰ ਕਾਪੀਆਂ ਦੇ ਪਹਿਲ ਚੱਲਦੇ ਰਹਿਣ, ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ। ਨਾਲ ਗੱਲ ਕਰੀਏ ਮਾੜੀ ਮੁਸਤਫਾ ਦੀ, ਔਰ ਦੂਜੇ ਪਾਸੇ ਚੂੜ ਚੱਕ ਦੀ ਟੀਮ ਹੈ, ਬਹੁਤ ਹੀ ਸੋਹਣਾ ਮੈਚ ਖੇਡਿਆ ਜਾਣਾ ਹੈ। ਔਰ ਜਿਹੜੀ ਐਨਆਰਆਈ ਸਪੋਰਟਸ ਕਲੱਬ ਵਧਾਈ ਦੀ ਪਾਤਰ ਹੈ, ਕਿਉਂਕਿ ਟੀਮਾਂ ਜਿਹੜੀਆਂ 70 ਦੀਆਂ ਵੀ ਰਿਕਾਰਡ ਤੋੜ ਟੀਮਾਂ ਪੁੱਜੀਆਂ, ਆਸ ਤੋਂ ਵੱਧ ਟੀਮਾਂ ਪੁੱਜੀਆਂ। ਔਰ ਇੱਕ ਪਿੰਡ ਕੋਪਰ ਦੇ ਵਿੱਚ ਵੀ ਸਾਰਾ ਦਿਨ ਆਪਾਂ ਆਨੰਦ ਮਾਣਨਾ ਹੈ। ਔਰ ਵੱਡੀ ਮੁਬਾਰਕਬਾਦ, ਵੱਡਾ ਧੰਨਵਾਦ ਕਰਦੇ ਐਨਆਰਆਈ ਸਪੋਰਟਸ ਕਲੱਬ ਦਾ, ਜਿਹਨਾਂ ਨੇ ਕੈਨੇਡਾ ਦੇ ਵਿੱਚ ਵੀ ਜਿਹਨਾਂ ਦੇ ਵੱਡੇ ਬਿਜ਼ਨਸ ਹੈ। US ਦੀ ਗੱਲ ਕਰੀਏ, ਚਾਹੇ UK ਦੀ ਗੱਲ ਕਰੀਏ, ਚਾਹੇ UAE ਦੀ ਗੱਲ, ਦੁਬਈ ਦੀ ਗੱਲ ਕਰੀਏ, ਜਿਹੜੀ ਚੂੜ ਚੱਕ ਦੀ ਟੀਮ ਹੈ ਉਹ ਟੈਂਕੀ ਵਾਲੇ ਪਾਸੇ ਹੈ, ਤੇ ਜਿਹੜੀ ਮਾੜੀ ਮੁਸਤਫਾ ਦੀ ਟੀਮ ਹੈ ਉਹ ਖੇਤਾਂ ਢੱਲੇ ਦੇ ਵਿੱਚੋਂ ਆ ਜੀ। ਔਰ ਨਾਲ ਹੀ ਇੱਕ ਪਿੰਡ ਉੱਪਰ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਵੀ ਟੀਮ ਸਮੇਂ ਸਿਰ ਇੰਟਰੋ ਸਮੇਂ ਸਿਰ ਹੀ ਉਹਦੇ ਮੈਚ ਸ਼ੁਰੂ ਕਰਵਾ ਦੇਣੇ ਆ। ਆਪਾਂ ਬੇਨਤੀ ਕਰਦੇ ਵੀ ਜਿੰਨੀਆਂ ਵੀ ਇੱਕ ਪਿੰਡ ਉੱਪਰ ਦੀਆਂ ਟੀਮਾਂ ਪਹੁੰਚੀਆਂ ਨੇ ਉਹ ਸਮੇਂ ਸਿਰ ਇੰਟਰ ਹੋਣ ਤੇ ਸਮੇਂ ਸਿਰ ਹੀ ਆਪਾਂ ਮੈਚ ਸ਼ੁਰੂ ਕਰਵਾਵਾਂਗੇ। ਹੈਲੋ ਭਾਈ ਜੀ, ਸਾਡੀ ਕਮੇਟੀ ਵੱਲੋਂ ਬੇਨਤੀ ਆ, ਕੋਈ ਵੀ ਵੀਰ ਜੀ ਨੂੰ ਪਿਆਸ ਲੱਗਦੀ ਆ ਤਾਂ ਇੱਧਰ ਸੱਜੇ ਪਾਸੇ ਸਟੇਜ ਦੇ ਟੈਂਕੀ ਪਰਚੀ ਪਾਉਣੀ ਆ, ਬਾਅਦ ਕੋਈ ਤਰਾਜ ਨਾ ਕਰੋ, ਅਸੀਂ ਟਾਈਆਂ ਬਸ 5 ਮਿੰਟ ਇੱਕ ਅੱਧਾ ਲੱਗਿਆ, ਸਾਡੇ ਕੋਲ ਟੀਮਾਂ ਵਾਧੂ ਹੋਣਾ ਬਾਈ ਜੀ। ਆਪਾਂ ਧੰਨਵਾਦ ਕਰਦੇ ਸੋਨੀ US ਉਹਨਾਂ ਵੱਲੋਂ ਜਿਹੜਾ ਸਾਡਾ ਵੀ ਜੱਗਾ ਰਸਾਕਸੀ ਟੀਮ ਦਾ ਕੋਚ ਉਹਦਾ ਮਾਣ ਸਨਮਾਨ ਕੀਤਾ ਜਾਣਾ ਹੈ। ਆਪਾਂ ਧੰਨਵਾਦ ਕਰਦੇ ਨੇ ਸਾਰੀ ਦਾਦੀ ਵੀਰਾਂ ਨੇ ਜਿਹਨਾਂ ਨੇ ਮਾਣ ਸਨਮਾਨ ਦੇਣੇ ਆ ਪਲੇਅਰਾਂ ਨੂੰ। ਤਾਂ ਸਾਹਮਣੇ ਹੁਣ ਦੇਖਦੇ ਨੇ ਡਾਈਵਰ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਮਾੜੀ ਮੁਸਤਫਾ ਦੀ ਧਰਤੀ, ਕਹਿੰਦੇ ਵੀ ਬਾਬੇ ਲਕਸ਼ਮਣ ਸਿੱਧ ਦੀ ਧਰਤੀ ਹੈ, ਪੂਰੀ ਦੁਨੀਆਂ ਦੇ ਵਿੱਚ ਮੇਲਾ ਮਸ਼ਹੂਰ ਹੈ ਮਾੜੀ ਦਾ। ਤਾਂ ਹੀ ਤੇ ਲੋਕ ਗੀਤਾਂ ਦੇ ਵਿੱਚ, ਲੋਕ ਬੋਲੀਆਂ ਦੇ ਵਿੱਚ ਨਾ ਆਉਂਦਾ ਕਿ ਮੇਰਾ ਮਾੜੀ ਦਾ ਦੋ ਮੁਟਿਆਰਾਂ ਚੱਲੀਆਂ ਉਸ ਨੌਜਵਾਨ ਦੀ। ਇੱਕ ਪਾਸੇ ਤੀਜਾ ਮੈਚ ਚੱਲ ਰਿਹਾ ਤੇ 2 ਮੈਚ ਬਾਕੀ ਆ, ਅਸੀਂ ਟੀਮਾਂ ਨੂੰ ਕਮੇਟੀ ਵੱਲੋਂ ਪਹਿਲਾਂ ਆਸ ਕਰ ਰਹੇ ਹਾਂ ਕਿ ਅਸੀਂ 3 ਟੀਮਾਂ ਨੂੰ ਪਾਈ ਦੇਣੀ ਆ, ਇੱਕ ਮੈਚ ਕਰਾਵਾਂਗੇ, ਜਿਹਦਾ ਮਰਜ਼ੀ ਨਿਕਲਿਆ ਵੀ ਆਪਣੇ ਸਾਹਮਣੇ ਪਰਚੀਆਂ ਚੱਕ ਲਓ। 3 ਟੀਮਾਂ ਨੂੰ ਪਾਈ ਦੇਣੀ ਆ, ਅਸੀਂ ਸੈਮੀ ਫਾਈਨਲ 2 ਮੈਚ ਬਣਾਉਣੇ ਆ, ਸਿਰ ਕੱਢਣੇ ਸਾਹਮਣੇ ਸਾਹੋਗੇ ਦੇ ਔਗੜਾਂ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਵੀ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਸਾਹੋਗੇ ਤੇ ਔਗੜ
ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਸਾਹੋਗੇ ਤੇ ਆਊਟ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਦੋਨੇ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਲਓ ਸਾਹਮਣੇ ਚੂਟ ਚੱਕ ਵਾਲੇ ਦੀ ਬਹੁਤ ਸੋਹਣੀ ਕੋਸ਼ਿਸ਼ ਹੈ, ਇੱਕ ਸਾਈਲੋ ਦੀ ਪਾਈ ਹੋਈ ਕਬੱਡੀ 62 ਕਿਲੋ ਵਜਣਾ ਪਰ 70 ਕਿਲੋ ਦੇ ਵਿੱਚ ਵੀ ਕਹਿੰਦੇ ਤੂਤੀ ਬੋਲਦੀ ਹੈ। ਲਓ ਦੇਖਦੇ ਵੀ ਪੁਆਇੰਟ ਬਾਈਵਨ ਆਪਣੀ ਟੀਮ ਲਈ ਜੋੜਦਾ ਹੋਇਆ ਮੂਵ ਸਪਰੇ ਗਰਾਊਂਡ ਦੇ ਵਿੱਚ ਆਊਟ ਵਾਸਤੇ ਸਾਹੋਗੇ ਬਾਈ ਜੀ, ਆਊਟ ਵਾਸਤੇ ਸਾਹੋਗੇ। ਸਾਹੋਗਿਆਂ ਦੀ ਟੀਮ ਆ ਗਈ, ਉਧਰ ਉਹਦੀ ਟੀਮ ਦੀ ਪਹੁੰਚੀ ਹੋਈ ਆ, ਮੈਚ ਸੋਹਣਾ ਹੋ ਰਿਹਾ। ਇੱਕ ਪਾਸੇ ਸਾਹੋਗੇ ਪਿੰਡ ਜਿਹੜਾ ਬਰਾੜਾ ਦਾ ਪਿੰਡ ਹੈ, ਬਾਬੂ ਰਾਜਵਾਲੀ ਦਾ ਪਿੰਡ ਹੈ। ਲੋਕ ਸਾਹਮਣੇ ਦੇਖਦੇ ਵੀ ਬਾਈਵਾਲ ਕਬੱਡੀ ਪਾਉਂਦਾ ਹੋਇਆ ਇਸ ਵੇਲੇ, ਇੱਕ ਪਾਸੇ ਚੂੜ ਚੱਕ ਪਿੰਡ ਦੇ, ਦੂਜੇ ਪਾਸੇ ਮਾੜੀ ਮੁਸਤਫਾ ਵਾਲਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਨਾਲ ਹੀ ਕੁਲਦੀਪ ਮੋਟਰਸਾਈਕਲ ਖਿੱਚਿਆ ਸੀ ਉਹਨੇ, ਦਰਸ਼ ਕਰਨਾ ਕਿਉਂਕਿ ਅੱਜ 10-10 ਰੁਪਏ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਆਸਾ ਲੈ ਕੇ ਹੀ ਕਿਸੇ ਦੇ ਡਰ ਜਾਂਦਾ, ਕੰਮ ਕਿਸੇ ਦਾ ਰੁਕਦਾ ਨਹੀਂ, ਇੱਥੇ ਸਭ ਦਾ ਸਰ ਜਾਂਦਾ। ਉਹ ਇਕੱਲਾ ਰਹਿ ਜਾਂਦਾ ਜਿਹੜਾ ਆਕੜ ਕਰ ਜਾਂਦਾ, ਕੰਮ ਕਿਸੇ ਦਾ ਰੁਕਦਾ ਨਹੀਂ, ਇੱਥੇ ਸਭ ਦਾ ਸਰ ਜਾਂਦਾ। ਲੋਕ ਸਾਹਮਣੇ ਦੇਖਦੇ ਵੀ ਹੁਣ ਚੂੜ ਚੱਕ ਵਾਲਾ ਬਾਈਵਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਕਿ ਜਿਵੇਂ ਸਿੱਪੀ ਦੇ ਵਿੱਚੋਂ ਤੁਹਾਡਾ ਹੋਣ ਮੋਤੀ, ਜਿਹੜੇ ਚੱਲਣ ਗੱਲਾਂ ਕਿਤੇ ਰੜਦੀਆਂ ਨੇ, ਜਦੋਂ ਜਾਵਰ ਕੋਈ ਜਨਤਾ ਤੇ ਜ਼ੁਲਮ ਕਰਦਾ ਉਦੋਂ ਵੀਰਾਂ ਦੀਆਂ ਤੇਗਾਂ ਤੜਕਦੀਆਂ ਨੇ, ਇੱਕ ਇੱਕ ਲਾਲ ਤੋਂ ਲੱਖਾਂ ਦਾ ਹਾਰ ਬਣਦਾ ਤੇ ਕੌਮਾਂ ਨਾਲ ਕੁਰਬਾਨੀਆਂ ਦੇ ਪੜਦੀਆਂ ਨੇ। ਸ਼ੇਰਨੀ ਦੇ ਬੱਚੇ ਦੇ ਮਿੱਤਰੋਂ ਕਈ ਹੁੰਦੇ ਪਰ ਬੱਬਰ ਸ਼ੇਰ ਪੁੱਤ ਇੱਕ ਹੀ ਸ਼ੀੜੀਆਂ ਜੜਦੀਆਂ ਨੇ, ਪਰ ਬੱਬਰ ਸ਼ੇਰ ਪੁੱਤ ਇੱਕ ਹੀ ਸ਼ੀੜੀਆਂ ਜੜਦੀਆਂ ਨੇ। ਔਰ ਪੁਆਇੰਟ ਜਿਹੜਾ ਭਾਵੀ ਦੇ ਉੱਤੇ ਹੈ, ਮਾੜੀ ਦੀ ਟੀਮ ਦੇ ਉੱਤੇ ਬਹੁਤ ਸੋਹਣਾ ਵਾਧਾ ਹੁੰਦਾ ਹੋਇਆ। ਆਹ ਨੌਜਵਾਨ ਦੀ ਉਮਰ ਮਸਾਂ ਕਹਿੰਦੇ ਵੀ ਜਿਹੜੀ 16 ਸਾਲ ਹੈ, ਪਰ ਕਬੱਡੀ ਕਰੋੜਾਂ ਦੀ ਛੁਪੀ ਹੋਈ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ, ਮਿਹਨਤ ਕਾਫੀ ਇਸ ਨੌਜਵਾਨ ਦੇ ਸਰੀਰ ਦੀ, ਸਰੀਰ ਸਾਂਭਿਆ ਹੋਇਆ। ਲਓ ਸਾਹਮਣੇ ਦੇਖਦੇ ਵੀ ਸੇਵਕ ਦੀ ਪਾਈ ਹੋਈ ਕਬੱਡੀ, ਜੱਦੀ ਪਿੰਡ ਸੱਦਾ ਸਿੰਘ ਵਾਲਾ ਹੈ ਤੇ ਅੱਜ ਕਹਿੰਦੇ ਵੀ ਚੂੜ ਚੱਕ ਦੇ ਜਾਫੀਆਂ ਨੇ ਆਪਣੀ ਟੀਮ ਦਾ ਵੱਡਾ ਹਿੱਸਾ ਬਣਾ ਲਿਆ ਇਸ ਨੌਜਵਾਨ ਖਿਡਾਰੀ ਨੂੰ, ਸੇ ਜੋੜਦਾ ਹੋਇਆ ਚੂੜ ਚੱਕ ਦੀ ਟੀਮ ਦੇ ਲਈ। ਚੱਲ ਨੌਜਵਾਨ ਜਿਵੇਂ ਕਹਿੰਦੇ ਵੀ ਸੱਤ ਸਮੁੰਦਰਾਂ ਤੋਂ ਪਾਰ ਕਬੱਡੀ ਖੇਡੀ ਜਾਂਦੀ ਹੈ, ਸਾਡੇ ਐਨਆਰਆਈ ਵੀਰ ਵੱਡਾ ਆਦਰ ਸਤਿਕਾਰ ਬਖਸ਼ਦੇ ਹੈ ਕਿ ਸੱਤ ਸਮੁੰਦਰ, ਸੱਤ ਮਹਾਵੀਰ, ਸੱਤ ਮਾਪੇ, ਸੱਤ ਫੇਰੇ, ਸੱਤ ਵਜਣ, ਸੱਤ ਸੁਰ, ਸੱਤੇ ਗੱਲਾਂ ਪ੍ਰਸਿੱਧ ਹੈ। ਲੋਕ ਸਾਹਮਣੇ ਦੇਖਦੇ ਵੀ ਹੁਣ ਮਾੜੀਵਾਲ ਦੀ ਪਾਈ ਹੋਈ ਕਬੱਡੀ, ਸਿਕੰਦਰ ਦਾ ਪਿੰਡ ਕਹਿੰਦੇ ਮਾੜੀ, ਅੱਜ ਉਹ ਵੀ ਨੌਜਵਾਨ ਪੁੱਜੇਗਾ ਸਿਕੰਦਰ, ਮਾੜੀ ਦੀ ਧਰਤੀ ਦਾ, ਕੈਨੇਡਾ ਦੇ ਵਿੱਚ ਵੀ ਸੋਹਣਾ ਖੇਡਿਆ ਸਿਕੰਦਰ ਮਾੜੀ ਪਿੰਡ ਦਾ, ਅੱਜ ਆਹ ਧਰਤੀ ਵੀ ਆਵੇਗਾ ਤੇ ਫਿਰ ਆਪਾਂ ਦਰਸ਼ਨ ਕਰਵਾਵਾਂਗੇ ਉਸ ਮਾਂ ਦੇ ਬਲੀ ਪੁੱਤ ਦੇ। ਚੱਲ ਨੌਜਵਾਨ ਪਾ ਕਬੱਡੀ, ਲਓ ਦੇਖਦੇ ਵੀ ਅਗਲੀ ਕਬੱਡੀ ਹੁਣ ਕੌਣ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਸਾਹਮਣੇ ਦੇਖਦੇ ਵੀ 10-15 ਉਲਾਂਘਾ ਟੁੱਟੀਆਂ ਇਸ ਨੌਜਵਾਨ ਨੇ ਤੇ ਸਾਹਮਣੇ ਵਿਰੋਧੀ ਲਾ ਕੇ ਖੜੇ ਹੈ, ਨਿੱਕਾ ਮਾਰੀਆਂ ਹੋਈਆਂ ਨੇ, ਚਾਰ ਜਾਤੀ ਸਰਕਾਰੀ ਸਕੂਲ ਦੀਆਂ ਥੰਮਾਂ ਵੜ ਗਈ ਹੈ। ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਡੰਕੂ ਕੌਣ ਤੇ ਸਮੇਂ ਨੇ ਦੱਸਣਾ ਹੈ। ਕੁਛ ਬਹੁਤ ਸੋਹਣੀ ਹੈ ਤੇ ਗੁਲਸੀਬ ਤੇਨਾ ਜਿੰਨਾ ਹਿੰਮਤ ਯਾਰ ਬਣਾਈ, ਹਾਸ਼ੂ ਫਤਿਹ ਨਸੀਬ ਤੇਨਾ ਜਿੰਨਾ ਹਿੰਮਤ ਯਾਰ ਬਣਾਈ। ਔਰ ਕਹਿੰਦੇ ਵੀ ਹਿੰਮਤ ਦੇ ਨਾਲ ਹੀ ਖਰਗੋਸ਼ਾਂ ਨੂੰ ਵਿਗਾੜਨਾ ਪੈਂਦਾ ਏ, ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ, ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ, ਕੈਂਚੀ ਵੀ ਲੱਗੀ ਹੋਈ ਹੈ। ਬਾਈ ਜੀ ਔਗੜਾ ਵਾਸਤੇ ਪਾਓਗੇ, ਇੱਕ ਹੋਰ ਔਗੜਾ ਪਹੁੰਚ ਗਿਆ ਬਾਈ ਜੀ, ਜਾਓਗੇ। ਟੈਕਨੀਕਲ ਕਮੇਟੀ ਆ ਸਾਡੇ ਵੀ ਟੀਮਾਂ ਐਂਟਰ ਕਰ ਰਹੇ, ਨਾਲ ਦੀ ਨਾਲ ਫੈਸਲੇ ਵੀ ਦੇ ਰਹੇ ਆ, ਆਪਾਂ ਧੰਨਵਾਦ ਕਰਦੇ ਹਾਂ। ਪਰਮਾਤਮਾ ਇਸੇ ਤਰ੍ਹਾਂ ਰੱਖੇ ਵੀ ਸਾਰਾ ਦਿਨ ਜਿਹੜੇ ਨਿਰਵਿਘਨ ਮੁਕਾਬਲੇ ਚੱਲਦੇ ਰਹਿਣ। ਬਾਈ ਜੀ ਅਗਲੀ ਟੀਮ ਰੱਜੇ ਵਾਲਾ ਵਾਸਤੇ ਖੋਤਾ ਪਾੜੋ, ਇਹ ਵੀ ਆਪਣੀ ਤਿਆਰੀ ਕੱਢ ਕੇ ਗਰਾਊਂਡਾਂ ਵਾਲਾ ਦਾ ਬਾਈ ਜੀ ਲਾਸਟ ਮੁਕਾਬਲਾ ਹੋਏਗਾ। ਅਸੀਂ ਤੁਹਾਨੂੰ ਪਹਿਲਾਂ ਐਲਾਨ ਕਰ ਚੁੱਕੇ ਹਾਂ ਕਿ ਅਸੀਂ ਇਸ ਪੂਲ 'ਚ 3 ਟੀਮਾਂ ਬਾਈ 'ਚ ਰੱਖਣੀਆਂ, 3 ਟੀਮਾਂ ਬਾਈ 'ਚ ਰੱਖਣੀਆਂ, ਜੇ 2 ਪਰਚੀਆਂ ਚੱਕਾਂਗੇ। ਅਗਲੀ ਕਬੱਡੀ ਨੌਜਵਾਨ ਮਾੜੀ ਮੁਸਤਫਾ ਦੀ ਧਰਤੀ ਦਾ
ਮਾੜੀ ਮੁਸਤਫਾਵਾਲ ਦੀ ਪਾਈ ਹੋਈ ਕਬੱਡੀ ਦੇ ਚਾਰ ਯਾਕੀਆਂ ਦੇ ਵਿੱਚੋਂ ਆਪਾਂ ਦੇਖਦੇ ਵੀ ਕੌਣ ਹੁਣ ਵੱਧ ਕੇ ਜੱਫਾ ਲਾਊ, ਕੌਣ ਆਪਣੀ ਟੀਮ ਲਈ ਪੁਆਇੰਟ ਜੋੜੂ। ਇਹਦੇ ਸਮੇਂ ਦੇ ਦੱਸਣ ਲਓ ਟੱਚ ਲੱਗ ਚੁੱਕਾ ਨੌਜਵਾਨ ਦੇ ਅੱਗੇ, ਉਹ ਘੇਰਨ ਦੀ ਕੋਸ਼ਿਸ਼ ਕੀਤੀ ਆ। ਲਓ ਸਾਹਮਣੇ ਦੇਖਦੇ ਵੀ ਜਿਵੇਂ ਉਮਰੀਆਂ ਦਾ ਬੂਟਾ ਕਹਿੰਦਾ ਹੁੰਦਾ ਕਿ ਧੱਕ ਧੱਕ ਕਰਦੀ ਹੈ, ਜਿੱਥੇ ਗੱਭਰੂ ਪੱਬ ਰੱਖਦੇ ਹੈ ਕਿ ਜਿੱਥੇ ਮਾਹੀਆ ਪੱਬ ਰੱਖਦਾ ਹੈ ਉੱਥੇ ਉੱਗਦਾ ਸਰੋਂ ਦਾ ਬੂਟਾ। ਮੈਂ ਅੱਗ ਲਾਵਾਂ ਮਹਿਲਾ ਨੂੰ ਕੁੱਲੀ ਯਾਰ ਦੀ ਖੁਰਕ ਦਾ ਝੂਟਾ, ਕਿ ਜੋੜ ਗਰੀਬਾਂ ਦਾ ਮਾਰੀ ਝਿੜਕ ਸੋਹਣਿਆ ਮੁੜ ਗਏ, ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆ ਘਰਾਂ ਨਾਲ ਜੁੜ ਗਏ ਸਾਡੀ। ਔਰ ਇਹਦੇ ਨਾਲ ਹੀ ਜਿਹੜਾ ਇਹ ਮੈਚ ਸਮਾਪਤ ਆ, ਸੁਰਜਨ ਸਿੰਘ ਜੀ ਦੱਸਿਓ ਵੀ ਇਹਦੇ ਵਿੱਚ ਚੂੜ ਚੱਕ ਦੀ ਟੀਮ ਫੌਜੀ ਵੀਰੇ ਜਿੱਤ ਚੁੱਕੀ ਹੈ, ਤੁਸੀਂ ਨੋਟ ਕਰ ਲਿਓ ਚੂੜ ਚੱਕ ਦੀ ਟੀਮ। ਠੀਕ ਆ ਬਾਈ ਜੀ, ਮਿਹਰਬਾਨੀ। ਟੈਂਕ ਮੁਕਦਰਾ ਵਰਗੇ ਪੱਟ ਹਲਵਾਰੇ ਵਰਗਾ ਸਿਰ ਚੱਕੀ ਦੇ ਤੁਰੇਗੀ ਛਾਤੀ ਦੇ, ਪਹਿਲਾਂ ਜਿਹੜਾ ਡੇਢ ਪੁਆਇੰਟ ਆਪਣੀ ਟੀਮ ਲਈ ਜੋੜਿਆ, ਪੁਆਇੰਟ ਸਾਹੋਕਿਆਂ ਦੀ ਟੀਮ ਲਈ ਹਿੱਸੇ ਜੁੜਦਾ ਹੋਇਆ। ਜੰਡ ਵਾਲੇ ਪਿੰਡ ਦਾ ਗੋੜਾ ਕਹਿੰਦੇ ਵੀ ਅੱਜ ਜਿਹੜਾ ਉਧਾਰਾ ਲਿਆ ਔਗੜਾ ਵਾਲਿਆਂ ਨੇ, ਜਿਹਦੇ ਕਹਿੰਦੇ ਵੀ ਔਗੜਾ ਦੇ ਕਲਿੱਕਰ ਦਾ ਨਾਂ ਵੱਡਾ ਪੂਰੀ ਦੁਨੀਆ ਭਰ ਦੇ ਵਿੱਚ ਤੂਤੀ ਹੋਊ ਕਲਿੱਕਰ ਸਿੰਘ ਦੀ, ਕਿਉਂਕਿ ਆਜ਼ਾਦ ਕਬੱਡੀ ਕਲੱਬ ਦੇ ਲਈ ਵੱਡੀ ਦੇਣ ਹੈ ਉਹਨਾਂ ਦੀ। ਬੇਸ਼ੱਕ ਘੱਲਾਂ ਵਾਲੇ ਲਸ਼ ਮੰਡੋਣ ਦੀ ਗੱਲ, ਬਾਰੇਵਾਲ ਦੇ ਟੋਨੇ ਹੋਣਾਂ ਦੀ ਗੱਲ, ਔਰ ਵਿਦੇਸ਼ਾਂ ਦੇ ਵਿੱਚ ਵੀ ਜੰਗ ਹੋਣੀ ਵੱਡੀਆਂ ਸੇਵਾਵਾਂ ਸਭ ਹੀ ਬੈਠੇ ਆ। ਲਓ ਦੇਖਦੇ ਵੀ ਜੰਗ ਵਾਲੀਆਂ ਨੌਜਵਾਨ ਦੀ ਪਾਈ ਹੋਈ ਕਬੱਡੀ, ਇਹ ਸਰਾਵਾ ਪਿੰਡ ਹੈ ਆਹ ਜਾਫੀ ਦਾ, ਜਿਹਨੇ ਹੁਣ ਜੱਫਾ ਲਾ ਕੇ ਜੱਟ ਲਿਆ ਨੌਜਵਾਨ ਨੂੰ ਆਪਣੀ ਪਕੜ ਦੇ ਵਿੱਚ। ਸਤਨਾਮ ਸਿੰਘ ਜੱਫਾ ਮਾਰਦਾ ਹੋਇਆ ਸਰਾਵਾ ਦੀ ਧਰਤੀ ਦਾ, ਸਰਾਵਾ ਪਿੰਡ ਸੁਖਬੀਰ ਦਾ ਹੈ ਔਰ ਸਰਾਵਾ ਪਿੰਡ ਹੀ ਕਹਿੰਦੇ ਸੇਵਕ ਦਾ ਹੈ, ਤੇ ਸਰਾਵਾ ਪਿੰਡ ਹੀ ਕਹਿੰਦੇ ਸਰਦਾਰ ਦਿਲਬਾਗ ਸਿੰਘ ਦਾ ਹੈ, ਜਿਹਦੇ ਦੋ ਪੁੱਤ ਕਬੱਡੀ ਖੇਡਦੇ, ਇੱਕ ਸੁਖਬੀਰ ਤੇ ਇੱਕ ਵੱਡ ਖਾਣਾ, ਦੁਨੀਆ ਆਖਦੀ ਹੈ। ਔਰ ਕਿਸੇ ਸਮੇਂ ਦੇ ਵਿੱਚ ਰੰਡਿਆਲੇ ਵਾਲੇ ਭਿੰਦਰ ਨੂੰ ਵੀ ਰੈਪੀ ਗ੍ਰਾਮ ਨੇ ਵੱਡ ਖਾਣਾ ਆਖਿਆ ਸੀ, ਕੋਈ ਆਲੂ ਆਖਦਾ ਸੀ, ਪਰ ਨਾ ਭਿੰਦਰ ਹੈ, ਭਿੰਦਰ ਰੰਡਿਆਲੇ ਪਿੰਡ ਦਾ। ਤਾਂ ਉਹ ਦੇਖਦੇ ਨੀ ਹੁਣ ਨੌਜਵਾਨ ਸਾਹੋਗੇ ਪਿੰਡ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਨੌਜਵਾਨ। ਔਰ ਨਾਲ ਹੀ ਜੋ ਸਾਡੇ ਸੇਵਾਦਾਰ ਵੀਰ ਹੈ ਜਿਹੜੇ ਚਾਹੇ ਪਿਆਲੇ ਗਏ ਦਰਸ਼ਕ ਵੀਰਾਂ ਨੂੰ, ਖਿਡਾਰੀਆਂ ਨੂੰ ਤੇ ਨਾਲ ਹੀ ਪ੍ਰਬੰਧਕ ਵੀਰਾਂ ਨੂੰ ਆਪਾਂ ਧੰਨਵਾਦ ਕਰਦੇ ਹਾਂ ਕਿ ਮਰਜਾਂ ਦੀ 300 ਨੂੰ ਕਿਲੋ ਆਉਂਦੀ ਹੈ, ਬੇਬੇ ਮੇਰੀ ਚੁਟਕੀ ਦੇ ਨਾਲ ਪਾਉਂਦੀ ਹੈ, ਚੱਟ ਤੇ ਬਾਜ਼ਾਰ ਵਿੱਚੋਂ ਰੇਡ ਸ਼ਾਹਾਂ ਨੇ ਪੱਟ ਤੇ ਜੱਟਾਂ ਦੇ ਪੁੱਤ, ਨਸ਼ਿਆਂ ਦੇ ਚਾਹਾਂ ਨੇ ਪੱਟ ਤੇ ਜੱਟਾਂ ਦੇ ਪੁੱਤ, ਨਸ਼ਿਆਂ ਦੇ ਚਾਹਾਂ ਨੇ। ਲਓ ਸਾਹਮਣੇ ਦੇਖਦੇ ਵੀ ਜਵਾਨੀ ਢਾਲੀ ਹੈ ਸ਼ਰੀਕਾਂ ਨੇ ਵਿਹੜ ਦੇ ਵਿੱਚ, ਲਓ ਗੱਲ ਇੱਕ ਸੂਤੀ ਬਣ ਗਈ ਹੈ। ਸਾਹਮਣੇ ਦੇਖਦੇ ਵੀ ਬਹੁਤ ਸੋਹਣੀ ਕੋਸ਼ਿਸ਼ ਤੇ ਜੱਗਾ ਜੌਂਡੀ ਵਾਲੇ ਪਿੰਡ ਦਾ ਵੀ ਵੱਡੇ ਮਿਲੇ ਆ। ਲਓ ਸਾਹੋਗਿਆਂ ਦੇ ਭਲਵਾਨ ਦੀ ਪਾਈ ਹੋਈ ਕਬੱਡੀ ਦੇ, ਹੁਣ ਦੇਖਦੇ ਹਾਂ ਵੀ ਔਗੜਾ ਦੀ ਧਰਤੀ ਦੇ ਚਾਰ ਜਾਫੀ ਹੈ। ਹੈਲੋ ਭਾਈ ਜੀ, ਓਪਨ ਦੀਆਂ ਜਿੰਨੀਆਂ ਵੀ ਟੀਮਾਂ ਨੇ ਐਂਟਰੀ ਫੀਸ ਰਹਿੰਦੀ ਆ ਉਹ ਦੇਣਾ, ਅਸੀਂ ਉਹਨਾਂ ਦੀਆਂ ਪਰਚੀਆਂ ਨਹੀਂ ਪਾਉਣੀਆਂ ਬਾਈ ਜੀ, ਅਸੀਂ ਟਾਈਆਂ ਕੱਢਣ ਲੱਗੇ ਹਾਂ, ਫੀਸ ਰਹਿੰਦੀ ਆ ਬਾਈ ਜੀ ਉਹ ਦੇਣਾ, ਅਸੀਂ ਪਰਚੀ ਤਾਂ ਹੀ ਲੈਣੀ ਉਹਨਾਂ ਦੀ। ਲਓ ਦੇਖਦੇ ਵੀ ਹੁਣ ਕਾਲੀ ਪੱਟੀ ਦੇ ਵਿੱਚ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਔਗੜਾਂ ਦੀ ਤਰਫੋਂ ਨੌਜਵਾਨ ਦੀ ਪਾਈ ਹੋਈ ਕਬੱਡੀ ਦੇ ਦੋ ਨੰਬਰ ਤੋਂ ਵਿਚਾਲੋ ਕੱਢ ਲਿਆ, ਤੇ ਪੋਲੀਟਿਸ਼ੀ ਦੇ ਨਾਂ ਵੱਡਾ ਬਾਬੂ ਰਾਜਬਲੀ ਦਾ ਪਿੰਡ ਹੈ, ਔਰ ਸਾਡੇ ਬਾਬੇ ਬਜ਼ੁਰਗ ਜਾਣਦੇ ਪਹਿਲਾਂ ਨਹਿਰੀ ਮਹਿਕਮੇ ਦੇ ਵਿੱਚ ਵੀ ਕਹਿੰਦੇ ਬੜੀਆਂ ਸੇਵਾਵਾਂ ਦਿੰਦੀਆਂ, ਔਰ ਬਾਬੂ ਰਾਜਬਲੀ ਨੂੰ ਦੁਨੀਆ ਜਾਣਦੀ। ਬਰਾੜਾ ਦਾ ਪਿੰਡ ਹੈ, ਕੁਛ ਧਾਲੀਵਾਲ ਦੇ ਘਰ ਵੱਸਦੇ ਹੈ, ਕੁਛ ਘਰ ਸਿੱਧੂਆਂ ਦੇ ਵੱਸਦੇ ਹੈ, ਤੇ ਆਹ ਸਾਹਮਣੇ ਸਾਹੋਗੇ ਪਿੰਡ ਵਾਲਾ ਔਗੜਾ ਵਾਲਾ ਹੁਣ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਸਤਨਾਮ ਸਿੰਘ ਹੁਣ ਦੇਖਾਂਗੇ ਸਰਾਵਾਂ ਪਿੰਡ ਦਾ, ਇੱਕ ਪਾਸੇ ਹੈ ਆਹ ਜਾਫੀ ਦਾ ਨਾਂ ਲਿਆ ਸੀ ਤੇ ਨੌਜਵਾਨ ਟੁੱਟ ਕੇ ਪੈ ਗਏ ਹੈ, ਬਦਲਾ ਭਰ ਲਿਆ ਲੰਡਿਆਂ ਦੇ ਤਾਰ ਵਾਂਗੂ ਤੇ ਇਕੱਠਾ ਕਰ ਦਿੱਤਾ ਖੇਡ ਮੈਦਾਨ ਦੇ ਵਿੱਚ, ਵੀ ਫਸ ਗਿਆ ਤੰਦੂਰ ਦੇ ਵਿੱਚ ਬਿੱਲਾ, ਸਵਾ ਬੀਤਦਾ ਜਾ ਰਿਹਾ ਹੈ, ਔਰ ਦੇਖਾਂਗੇ ਵੀ ਜਿਹੜਾ ਪੁਆਇੰਟ ਸਾਹੋਗਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਬਾਈ ਜੀ, ਅਗਲੇ ਮੁਕਾਬਲੇ ਵਾਸਤੇ ਆਪਾਂ ਨੂੰ ਰੇਤ ਰੰਜੀ ਵਾਲਾ, ਇਹ ਦੋਵੇਂ ਟੀਮਾਂ ਗਰਾਊਂਡ ਚ ਪਹੁੰਚ ਗਿਆ, ਰੰਜੀ ਵਾਲਾ ਆ ਗਿਆ ਬਾਈ ਜੀ।
ਹੈਲੋ ਤੇ ਨਾਲ ਹੀ ਸਾਡਾ ਵੀਰ ਸੋਨੀ ਯੂਐਸਏ ਸਾਡਾ ਵੀਰ ਸੋਨੀ ਕਹਿੰਦੇ ਵੀ ਯੂਐਸ ਦੇ ਫਰਿਜਰੋ ਸ਼ਹਿਰ ਦੇ ਵਿੱਚ ਸਤਨਾਮ ਦੇ ਲਈ ਸਤਨਾਮ ਜ਼ਿਆਦਾ ਲੈ ਜੀ ਨੌਜਵਾਨ ਚੇਤ ਦੇ ਨਾਲ ਬੜੇ ਮਾਨ ਸਨਮਾਨ ਪੁੱਜੇ ਆ ਸਾਡੇ ਸਤਿਕਾਰਯੋਗ ਸੋਨੀ ਯੂਐਸਏ ਤੇ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਪੰਜਾਬ ਲਾਈਵ ਵੱਧ ਵਾਲੇ ਔਰ ਕਹਿੰਦੇ ਵੀ ਇੰਟਰਨੈਟ ਤੇ ਪੂਰੀ ਦੁਨੀਆਂ ਦੇ ਵਿੱਚ ਦਿਖਾਇਆ ਜਾ ਰਿਹਾ ਕੋਸਾ ਪਾਣੋ ਦਾ ਕਬੱਡੀ ਕੱਪ ਪੂਰੀ ਦੁਨੀਆਂ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਅੱਜ ਦਾ ਇਹ ਕਬੱਡੀ ਕੱਪ ਪੰਜਾਬ ਲਾਈਵ ਦਾ ਆਪਾਂ ਧੰਨਵਾਦ ਕਰਦੇ ਹੈ ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾ ਬੋਲਦੀ ਆ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀ ਆ ਲੈ ਦੇਵੇ ਤਸਵੀਰਾਂ ਬੋਲਦੀ ਆ ਨਾਲ ਹੀ ਸਾਡੇ ਗੁਰਬਖਸ਼ੀਸ਼ ਸਿੰਘ ਜੀ ਡੀਪੀ ਅਲਦਾ ਕਹਿੰਦੇ ਵੀ ਨੌਜਵਾਨ ਕਿਹਤਾ ਖਿਡਾਰੀ ਹੈ ਔਰ ਜਿੱਥੇ ਗੁਰਬਖਸ਼ੀਸ਼ ਡੀਪੀ ਨੇ ਮੱਤਾਂ ਦਿੱਤੀਆਂ ਉੱਥੇ ਅੱਜ ਪੁੱਜੇ ਹੋਏ ਆਪਾਂ ਧੰਨਵਾਦ ਕਰਦੇ ਹਾਂ ਰਾਫਰ ਚਿਪ ਦੀਆਂ ਵੱਡੀਆਂ ਸੇਵਾਵਾਂ ਨੇ ਜਿੰਨੀ ਵੀ ਟੀਮ ਸਮੁੱਚੀ ਸਾਰਿਆਂ ਨੂੰ ਮੁਬਾਰਕਬਾਦ ਜੀ ਆਖਦੇ ਹੈ ਆਓ ਗੱਲ ਕਰੀਏ ਇਸ ਨੌਜਵਾਨ ਦੀ ਪਾਈ ਹੋਈ ਕਬੱਡੀ ਤੇ ਔਰ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਵੀ ਜਿੰਨੇ ਵੀ ਕੋਈ ਵਿਦੇਸ਼ਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਆਪਾਂ ਫੋਨ ਕਾਲਾਂ ਕਰਕੇ ਖੋਲਾਂਗੇ ਤੇ ਖੋਸਾ ਪਾਣੋ ਦਾ ਖੇਡ ਮੇਲਾ ਨਜ਼ਰ ਆਵੇਗਾ ਇਹ ਸਾਰੀਆਂ ਟੀਮਾਂ ਸਾਰੇ ਖਿਡਾਰੀ ਆਪਾਂ ਇੰਟਰਨੈਟ ਤੇ ਦੇਖ ਸਕਦੇ ਹਾਂ ਜਿੰਨੇ ਵੀ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਬਿਜ਼ਨਸ ਹੈ ਕਿਸ ਦਾ ਕੈਨੇਡਾ ਦੇ ਵਿੱਚ ਖੋਸਾ ਪਾਣੋ ਗਰਾਊਂਡ 'ਚ ਪਹੁੰਚੇ ਬਾਈ ਜੀ ਮੈਚ ਸਮਾਪਤ ਹੋ ਗਿਆ ਕਿਹੜਾ ਜੇਤੂ ਆ ਬਾਈ ਜੀ ਦੱਸੋ ਉਹ 'ਚੋਂ ਇਹਦੇ ਵਿੱਚੋਂ ਸਾਹੋਕਿਆਂ ਦੀ ਟੀਮ ਜਿੱਤ ਚੁੱਕੀ ਹੈ ਤੁਸੀਂ ਨੋਟ ਕਰ ਲਓ ਫੌਜੀ ਵੀਰ ਨਾਲ ਹੀ ਸਾਡਾ ਵੀਰ ਬਲਦੇਵ ਜਾਂ ਮਾਨ ਸਨਮਾਨ ਜ਼ਰੂਰ ਕਰੋ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰ ਨਾਲ ਦੇ ਲਈ ਤਾੜੀ ਮਾਰੋ ਜ਼ੋਰ ਨਾਲ ਮੈਚ ਸ਼ੁਰੂ ਕਰਾਂਗੇ ਖੋਸਾ ਪਾਡੋ ਏ ਵਰਸਜ ਰੱਜੀ ਵਾਲਾ ਔਰ ਇਸ ਤੋਂ ਅਗਲਾ ਮੈਚ ਕਿਹੜਾ ਹੋਣਾ ਫੌਜੀ ਤੁਸੀਂ ਦੱਸਿਓ ਸਾਹਮਣੇ ਦੇਖਦੇ ਵੀ ਜੋਤ ਭਿੰਡਰਾਂ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਹੈ ਸਿੱਖ ਸਰਦਾਰ ਮਰੀ ਦੇ ਨਾਲ ਲਾਡੀ ਇੱਕ ਪਾਸੇ ਧੰਨੇ ਵਾਲਾ ਗੋਲ ਡੀਲ ਦੇਖਦੇ ਵੀ ਨੌਜਵਾਨ ਜੋਤ ਭਿੰਡਰਾਂ ਵਾਲੇ ਦੀ ਪਾਈ ਹੋਈ ਕਬੱਡੀ ਔਰ ਕਹਿੰਦੇ ਵੀ 1991 ਦਾ ਉਹ ਸਮਾਂ ਯਾਦ ਹੈ ਦੁਨੀਆਂ ਨੂੰ ਜਦੋਂ ਕਹਿੰਦੇ ਵੀ ਪਹਿਲੀ ਵਾਰੀ ਮੈਟਰੋ ਪੰਜਾਬੀ ਨੇ ਵਰਲਡ ਕਬੱਡੀ ਕੱਪ ਕਰਵਾਇਆ ਸੀ ਕੈਨੇਡਾ ਦੀ ਧਰਤੀ ਤੇ ਅੰਗਰੇਜ਼ ਬਿੱਲਾਂ ਭਿੰਡਰਾਂ ਵਾਲੀ ਟੀਮ ਦੇ ਲਈ ਲਓ ਗੁਰੂ ਦੀ ਪਾਈ ਹੋਈ ਕਬੱਡੀ ਅਗਰ ਮੋਟੇ ਦਾ ਪਿੰਡ ਕਹਿੰਦੇ ਵੀ ਰੱਜੀ ਵਾਲਾ ਸਭ ਹੀ ਉਹਨੇ ਤਕੜਾ ਖੇਡਿਆ ਗਗੜੇ ਦੀ ਟੀਮ ਦੇ ਲਈ ਉਸੇ ਪਿੰਡ ਦਾ ਨਿੰਦਰ ਦੁਨੀਆ ਭਰ ਦੇ ਵਿੱਚ ਵੀ ਅਗਲੇ ਮੈਚ ਦੀਆਂ ਤਾਈਆਂ ਨਿਕਲ ਰੱਖੀਆਂ ਅਸੀਂ ਤੁਹਾਨੂੰ ਪਹਿਲੇ ਐਲਾਨ ਕੀਤਾ ਕਿ ਸਿਰਫ ਇੱਕ ਮੈਚ ਕਰਾਵਾਂਗੇ ਉਹ ਮੈਚ ਨਿਕਲ ਰੱਖਿਆ ਸਾਉ ਦੇ ਵਾਸਤੇ ਚੁੱਟ ਧੱਲੇ ਦੇ ਬਾਈਚਾ ਬਾਬਾ ਵਿਸ਼ਾਲ ਕਲੱਬ ਚੜੈਕ ਬਾਈਚਾ ਇਹਨਾਂ ਦੇ ਜਿਹੜੀ ਜਿੱਤੂਗੀ ਉਹ ਵੀ ਬਾਈਚਾ ਤਾਂ ਕਿ ਅਸੀਂ ਸੈਮੀ ਫਾਈਨਲ ਮੈਚ ਬਣਾਈਏ ਆਪਾਂ ਬੇਨਤੀ ਕਰਦੇ ਵੀ ਹੁਣ ਜਿਹੜੀਆਂ ਅਗਲੀਆਂ ਟੀਮਾਂ ਅਨਾਊਂਸ ਕੀਤੀਆਂ ਸਾਡੇ ਵੀਰਾਂ ਨੇ ਉਹ ਤਾਂ ਦੇਖਦੇ ਵੀ ਰੱਜੀ ਵਾਲੇ ਪਿੰਡ ਦਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਪੱਟਾਂ ਦੇ ਨਾਲ ਪੱਟਦੇ ਖੇਡਦੇ ਆਉਣਿਆਂ ਨੂੰ ਯਾਰ ਹੱਥ ਨਹੀਂ ਪੈਂਦੇ ਰੱਬ ਨੇ ਦਿੱਤੀ ਛਾਤੀ ਦੇ ਵਿੱਚ ਅੰਨੀ ਜਾਤ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਖੋਸਾ ਪਾਡੂ ਦੀ ਧਰਤੀ ਪਰ ਇਹਦਾ ਪਿੰਡ ਕੜਿਆਲ ਹੈ ਰਾਜਪਾਲ ਸਿੰਘ ਭਾਲੀ ਕੜਿਆਲ ਪਿੰਡ ਦਾ ਬਹੁਤ ਸੋਹਣਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸਾਰੇ ਰਾਮ ਬੰਦ ਕਰ ਦਿੱਤੇ ਭਾਜੋ ਨੌਜਵਾਨ ਕਿੰਦਰ ਦੀ ਭੱਜਦਾ ਹੈ
ਪਰ ਵੇਟ ਪੂਰਾ ਯੂਜ਼ ਕੀਤਾ ਰਾਈਵਾਲ ਨੇ ਤੇ ਪੁਆਇੰਟ ਆਪਣੀ ਟੀਮ ਲਈ ਜੋੜਿਆ। ਇਹ ਪੁਆਇੰਟ ਰੱਜੀਵਾਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਭਾਈ ਜੀ ਆਪਣੇ ਬਾਈ ਕੈਨੇਡੀਅਨ ਬਲਵਿੰਦਰ ਸਿੰਘ ਪਿੰਦੀ ਵੱਲੋਂ ਜੀਤਾ ਜਿੰਨੇ ਵੀ ਜਿੱਥੇ ਜਿਹੜਾ ਵੀ ਪਲੇਅਰ ਜਿੰਨੇ ਵੀ ਜਿੱਥੇ ਲਾਉਣਾ ਉਹਨੇ 100 ਦੀ ਗੱਲ ਹੋਈ ਹੈ ਭਾਈ ਜੀ। ਜਿਹੜਾ ਵੀ ਪਲੇਅਰ ਖੋਟਾ ਪਾਰੇਗਾ ਜਿੰਨੇ ਜਿੱਥੇ ਲਾਉਣਾ ਉਹਨੇ 100 ਦੀ ਗੱਲ ਹੋਈ ਹੈ ਭਾਈ ਜੀ। ਆਓ ਦੇਖਦੇ ਵੀ ਸਾਹਮਣੇ ਹੁਣ ਨੌਜਵਾਨ ਰੱਜੀ ਵਾਲੇ ਪਿੰਡ ਦਾ ਘੇਰਦਾ ਯਾਰ ਪੁਆਇੰਟ ਜਿਹੜਾ ਜੋ ਭੁਪਿੰਦਰ ਵੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਹਲਕੀ ਜੀ ਹੱਥਾਂ ਨੂੰ ਕੜੀ ਲੱਗੀ ਵੀ ਟਾਕੀ ਦਾ ਲੱਗਾ ਦੂਰੋਂ ਪਤਾ ਲੱਗੇ ਸ਼ਾਮ ਤੱਕ ਲੱਗੀ ਫਿਰ ਸਵਾਦ ਆਵੇਗਾ। ਹੁਣ ਦੇਖਦੇ ਵੀ ਇੱਕ ਦੀ ਕੋਸ਼ਿਸ਼ ਬਹੁਤ ਥੋੜੀ ਹੈ ਖੋਸਾ ਪਾੜੋ ਪਿੰਡ ਖਿਡਾਰੀਆਂ ਦਾ ਪਿੰਡ ਹੈ ਅੱਜ ਮਾਨ ਸਨਮਾਨ ਵੀ ਦਿੱਤੇ ਜਾ ਰਹੇ ਹੈ ਟੌਪ ਦੇ ਪਲੇਅਰਾਂ ਨੂੰ ਔਰ ਨਾਲ ਹੀ ਉਮਰੀਆਂ ਦੇ ਬੂਟੇ ਨੂੰ ਵੀ ਵੱਡੀ ਮੁਬਾਰਕਬਾਦ ਹੈ ਕਿਉਂਕਿ ਵਾਸ਼ਿੰਗ ਮਸ਼ੀਨ ਦਿੱਤੀ ਜਾ ਰਹੀ ਹੈ। ਕਸ਼ਮੀਰ ਸਿੰਘ ਜੀ ਯੂਕੇ ਦੇ ਜਸਪਾਲ ਸਿੰਘ ਜੀ ਪ੍ਰਧਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਾਲ ਹੀ ਬਲਦੇਵ ਚਾਂਦਨਾਲੇ ਵਾਲਾ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾ ਰਿਹਾ, ਇਹਦਾ ਵੀ ਤੁਸੀਂ ਮਾਨ ਸਨਮਾਨ ਕਰਿਓ ਜਿੰਨਾ ਹੋ ਸਕਿਆ, ਤੁਸੀਂ ਜ਼ਰੂਰ ਇਹਦਾ ਬਹੁਤ ਮਾਨ ਸਨਮਾਨ। ਭਾਈ ਜੀ ਅਗਲੇ ਮੈਚ ਵਾਸਤੇ ਸਾਹੂ ਦੇ ਵਾਸਤੇ ਚੂੜ ਚੱਕ ਚੱਲਦੇ ਮੈਚ ਪਹੁੰਚਣ ਬਾਈ ਜੀ ਇਹ ਟੀਮਾਂ ਚੱਲਦੇ ਮੈਚ ਟੀਮਾਂ ਪਹੁੰਚਣ ਸਾਹੂ ਦੇ ਵਾਸਤੇ ਚੂੜ ਚੱਕ। ਲਓ ਸਾਹਮਣੇ ਦੇਖਦੇ ਵੀ ਹੁਣ ਇਹ ਗੋਲਡੀ ਧੰਦੇ ਪਿੰਡ ਵਾਲਾ ਢਾ ਕੇ ਉੱਤੇ ਬਹਿ ਗਿਆ ਜਿਵੇਂ ਪਾਠਿਆਂ ਵਾਲੀ ਰੇਹੜੀ ਲੱਦ ਕੇ ਭਈਆ ਪੰਡ ਤੇ ਬਹਿੰਦਾ ਹੁੰਦਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਇਹ ਪੁਆਇੰਟ ਵਾਕਈ ਰੱਜੀਵਾਲ ਦੀ ਟੀਮ ਦੇ ਹਿੱਸੇ। ਖੋਸਾ ਪੰਡ ਵਾਲੇ ਤੁਸੀਂ ਵੀ ਆਪਣੇ ਆਪ ਨੂੰ ਖੱਬੀ ਖਾਨ ਕਹਾ ਰਹੇ ਹੋ, ਉਹਨਾਂ ਨੇ ਤੁਹਾਡਾ ਢਾਇਆ ਹੈ ਤੇ ਇਹ ਉਹਨੂੰ ਸੁੱਕਾ ਨਾ ਜਾਵੇ। ਮਾਲ ਪਾਏ ਜਿਹਨੂੰ ਢਾ ਕੇ ਉਹਦੀ ਹਿੱਕ ਦੇ ਰਹਿ ਰਹੇ ਹੋ, ਹੈ ਕਿਸੇ ਦੀਆਂ ਬਾਹਾਂ ਦੇ ਵਿੱਚ ਦਬ, ਹੈ ਕੋਈ ਮਾਈ ਦਾ ਲਾਲ ਜਿਹੜਾ ਸ਼ੇਰ ਦੇ ਜਬਾੜਾਂ ਦੇ ਵਿੱਚ ਹੱਥ ਪਾਵੇ ਤਾਂ ਕੋਸ਼ਿਸ਼ ਬਹੁਤ ਥੋੜੀ ਹੈ। ਪੁਆਇੰਟ ਜਿਹੜਾ ਗੋਲੂ ਰੱਜੀ ਵਾਲੇ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ। ਚਾਲੂ ਜੋਤ ਸਿੰਘ ਆਈਓ ਬੇਸ਼ਕ ਭਾਵੇਂ ਪਹਿਲਾਂ ਜੱਫਾ ਖਾ ਚੁੱਕਾ ਪਰ ਫਿਰ ਦੇਖਦੇ ਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਇੱਕ ਪਾਸੇ ਮਨੀ ਰੱਜੀ ਵਾਲੇ ਪਿੰਡ ਦਾ, ਨਾਲ ਦੂਜੇ ਪਾਸੇ ਆਪਾਂ ਦੇਖਦੇ ਵੀ ਗੋਲਡੀ ਆ ਧੰਨੇ ਸ਼ਹੀਦ ਵਾਲਾ ਜਿੱਥੋਂ ਦੇ ਜੁਗਨੂ ਵੜ ਕੇ ਦਾ ਰਾਜੇ ਉਹਨਾਂ ਦਾ ਨਾਂ ਵੱਡਾ। ਆਪਾਂ ਦੇਖਦੇ ਵੀ ਹੁਣ ਜੋਤ ਭਿੰਡਰਾ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ, ਉਹੀਓ ਜਾਸੀ ਫਿਰ ਟੁੱਟ ਕੇ ਲੱਗਾ ਧੌਲ ਮਾਰੀ ਆ ਫੜਦੀ ਪੂਰੀ ਗੋਪੀ ਧਿਰ। ਆਓ ਦੇਖਦੇ ਵੀ ਨੌਜਵਾਨ ਨੇ ਫੜਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ, ਹੱਥ ਰਾਮਪੁਰ ਦੇ ਹੜੱਪ ਦੇ ਤਰ੍ਹਾਂ ਚੱਲਦੇ ਆ ਤੇ ਪੁਆਇੰਟ ਜਿਹੜਾ ਜੋਤ ਭਿੰਡਰਾ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ। ਹੈਲੋ ਬਾਈ ਜੀ ਸਾਹੂ ਦੇ ਵਾਸਤੇ ਚੂੜ ਚੱਕ ਚੱਲਦੇ ਮੈਚ ਪਹੁੰਚਣ ਇਹ ਟੀਮਾਂ ਬਾਈ ਜੀ ਸਾਹੂ ਦੇ ਵਾਸਤੇ ਚੂੜ ਚੱਕ। ਨਾਲ ਹੀ ਸਾਡੇ ਬੂਟਾ ਕੈਨੇਡਾ ਜੀ ਕਹਿੰਦੇ ਵੀ ਕੀਪਿਆ ਤੇਰੇ ਲਈ ਮਾਨ ਸਨਮਾਨ ਹੋ ਰਿਹਾ, ਜਿੰਨੇ ਵੀ ਪੁਆਇੰਟ ਕੀਪਾ ਲਓ ਬੂਟਾ ਕੈਨੇਡਾ ਉਹਨਾਂ ਵੱਲੋਂ ਉਹਨੇ ਮਾਨ ਸਨਮਾਨ ਦਿੱਤੇ ਜਾ ਰਹੇ ਆ। ਬੂਟਾ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਉਹਨੇ ਹੀ ਮਾਨ ਸਨਮਾਨ ਦਿੱਤੇ ਜਾ ਰਹੇ ਜਿੰਨੇ ਵੀ ਕੀਪਾ ਪੁਆਇੰਟ ਲਵੇਗਾ। ਚੂਟ ਚੱਕਦੇ ਸਾਹੂਕਿਆਂ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਚੂਟ ਚੱਕਦੇ ਸਾਹੂਕਿਆਂ ਦੀ ਟੀਮ ਨੂੰ ਆਪਾਂ ਬੇਨਤੀ ਕਰਦੇ ਹਾਂ ਅਗਲੇ ਮੈਚਾਂ ਦੇ ਲਈ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ। ਲਓ ਜੋਤ ਭਿੰਡਰ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਦੇਖਦੇ ਵੀ ਮਨੀ ਤੇ ਲਾਡੀ ਦੋਨੇ ਕਹਿੰਦੇ ਵੀ ਜਿਹੜੇ ਕਿਨਾਰਿਆਂ ਤੇ ਹੈ, ਨਾਲ ਰਾਈਵਾਲ ਗੋਲਡੀ ਧੰਨੇ ਸ਼ਹੀਦ ਵਾਲਾ। ਹੋਰ ਦੇਖਦੇ ਜੋਤ ਦੀ ਪਾਈ ਹੋਈ ਕਬੱਡੀ ਤੇ ਕੌਣ ਦੋਸਤ ਕਰੂ। ਲਓ ਦੇਖਦੇ ਵੀ ਰਾਈਵਾਲ ਨੇ ਫਿਰ ਅੱਗੇ ਵੱਧ ਕੇ ਜਾਫਾ ਲਾਉਣ ਦੀ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੋਈ ਹੈ ਕਿ ਸੌਖਾ ਫੜਿਆ ਨਹੀਂ ਜਾਂਦਾ ਬਾਬਾ ਸੁਰ ਸਿੰਘ ਦਾ ਤੇ ਤਾਵੀ ਕਪਲ ਵੀ ਵਿਦਰੋਹ ਕਮਾਲ ਦਾ ਏ ਔਰ ਕਲਵੰਤ ਤੁਹਾਡੀ ਪੁੱਜੋ ਦਾ ਆਪਾਂ ਧੰਨਵਾਦ ਕਰਦੇ ਹਾਂ। ਰਾਈਵਾਲ ਗੋਲੂ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਗੋਲੂ ਦੀ ਪਾਈ ਹੋਈ ਕਬੱਡੀ ਤੇ ਹੁਣ ਤਿੰਨ ਜਾਫੀਆਂ ਦੇ ਵਿੱਚੋਂ ਕੌਣ ਵੱਧ ਕੇ ਜਾਫਾ ਲਾਓ। ਡਰਦਾ
ਜੋ ਭੁਪਿੰਦਰ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖਬਰ ਸਿਦਕ ਤੋਂ ਡੁੱਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਘਰ ਘਰ ਪਹੁੰਚੇ ਮੈਂ ਕੋ ਤੇਰੀ ਫੁੱਲ ਗੁਲਾਬ ਦੇ ਆ ਮਿੱਟੀ ਮੱਥੇ ਚੁੰਮ ਲਾਉਣਗੀ ਤੇਰੇ ਹਰਾਵਾਂ ਦੀ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ ਦੋ ਨੰਬਰ ਤੋਂ ਪੁਆਇੰਟ ਜਾਫੀਆਂ ਦੇ ਜਾਫੀਆਂ ਦੇ ਉੱਤੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਗੋਲੂ ਨੌਜਵਾਨ ਅਗਲੀ ਕਬੱਡੀ ਪਾਉਂਦਾ ਆਇਆ ਗੋਲੂ ਰੱਜੀ ਵਾਲੇ ਪਿੰਡ ਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜੁਗਰਾਜ ਪੱਪੀ ਹੋਣੀ ਸਿਰੇ ਦੀ ਕਬੱਡੀ ਖੇਡੇ ਆ ਨਾਲ ਬਿੰਦਰ ਮੋਟੇ ਹੋਣਿਆਂ ਦੀ ਗੱਲ ਚੱਲੀ ਬਿੰਦਰ ਹੋਣਿਆਂ ਦਾ ਕਹਿੰਦੇ ਵੀ ਪਿੰਡ ਬੇਸ਼ੱਕ 16 ਤਰੀਕ ਇਹ ਕਹਿੰਦੇ ਵੀ ਜਨੇਰ ਦੇ ਕਬੱਡੀ ਕੱਪ ਦੀਆਂ ਡੇਟਾਂ ਨੇ ਬੈਸਟ ਰੇਟਰ ਦੇ ਬੈਸਟ ਜਾਫੀ ਨੂੰ ਐਲ ਈ ਡੀ ਦਿੱਤੀਆਂ ਜਾ ਰਹੀ ਹੈ ਐਲ ਸੀ ਡੀ ਦੀ ਐਲ ਈ ਡੀ ਦਿੱਤੀਆਂ ਜਾ ਰਹੀ ਹੈ ਕਹਿੰਦੇ ਵੀ ਕੁਆਲਿਟੀ ਦਾ ਵੀ ਫਰਕ ਕਾਫੀ ਹੁੰਦਾ ਤਾਂ ਹੀ ਤੇ ਬੜੇ ਮਾਨ ਸਨਮਾਨ ਦਿੱਤੇ ਜਾ ਰਹੇ 16 ਤਰੀਕ ਨੂੰ ਜਨੇਰ ਦੇ ਖੇਡ ਮੇਲੇ ਦੇ ਰੌਣਕਾਂ ਲੱਗਣੀਆਂ ਉੱਥੇ ਤਰ੍ਹਾਂ ਹੀ 17 ਤਰੀਕ ਨੂੰ ਸਿੰਘਪੁਰਾ ਮੁੰਨਣ ਦੇ ਵਿੱਚ ਵੱਡੇ ਫਰਦੇ ਹੈ ਨਾਲ 18 ਤਰੀਕ ਨੂੰ ਮਰਦੋਗੇ ਪਿੰਡ ਇਕਬਾਲ ਦਾ ਪਿੰਡ ਉੱਥੇ ਵੀ ਮਾਨ ਸਨਮਾਨ ਦਿੱਤੇ ਜਾ ਰਹੇ ਹੈ 19 ਤਰੀਕ ਨੂੰ ਆਪਾਂ ਕੋਕਰੀ ਪੁੱਜਣਾ 20 ਤੇ 21 ਤਰੀਕ ਖੋਟਿਆਂ ਦੇ ਕਬੱਡੀ ਕੱਪ ਦੀ ਹੈ 23 ਤੇ 24 ਤਰੀਕ ਨੂੰ ਧਰਮਕੋਟ ਰੌਣਕਾਂ ਲੱਗਣੀਆਂ 26 ਤਰੀਕ ਜ਼ਿਲ੍ਹੇ ਦੇ ਕਬੱਡੀ ਕੱਪ ਦੀ ਹੈ ਔਰ ਸਭ ਨੇ ਦੇਖਦੇ ਵੀ ਨੌਜਵਾਨ ਰੱਜੀ ਵਾਲੇ ਪਿੰਡ ਦਾ ਗੋਲੂ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਸੁਰਜਨ ਸਿੰਘ ਜੀ ਦੱਸਿਓ ਵੀ ਕਿਹੜੀ ਟੀਮ ਜਿੱਤੀ ਹੈ ਸਦਾਈ ਦੇ ਵਿੱਚੋਂ ਰੱਜੀ ਵਾਲੇ ਦੀ ਟੀਮ ਜਿੱਤ ਚੁੱਕੀ ਹੈ ਸਦਾਈ ਦੇ ਵਿੱਚੋਂ ਫੌਜੀ ਵੀ ਨੋਟ ਕਰ ਲਿਓ ਰੱਜੀ ਵਾਲੇ ਦੀ ਟੀਮ ਜਿੱਤ ਤੋਂ ਨਾਲ ਇਸ ਮੈਚ ਦੇ ਵਿੱਚੋਂ ਸਾਹੋ ਕਹਿੰਦੇ ਚੂਟ ਚੱਕ ਇਹ ਟੀਮਾਂ ਗਰਾਊਂਡ 'ਚ ਆਉਣ ਅਗਲੇ ਮੈਚ ਦੇ ਲਈ ਸਾਹੋਗੇ ਤੇ ਚੂਟ ਚੱਕ ਇਹ ਟੀਮਾਂ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਸਾਹੋਗੇ ਤੇ ਚੂਟ ਚੱਕ ਦੀਆਂ ਟੀਮਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਮੈਚ ਖੇਡਿਆ ਜਾਣਾ ਹੈ ਸਾਹੋਗੇ ਤੇ ਚੂੜ ਚੱਕ ਦੀਆਂ ਟੀਮਾਂ ਦੇ ਵਿਚਕਾਰ ਆਪਾਂ ਮੈਚ ਦੀ ਸ਼ੁਰੂਆਤ ਕਰਾਂਗੇ ਸਾਹੋਗੇ ਤੇ ਚੂੜ ਚੱਕ ਔਰ ਨਾਲ ਹੀ ਸਾਡੇ ਵੀਰ ਬੀਰੀ ਬੰਬ ਦਾ ਵੀ ਵੱਡਾ ਮਾਨ ਸਨਮਾਨ ਕੀਤਾ ਜਾਣਾ ਸਾਡੇ ਵੀਰ ਸੋਨੀ USA ਗੁਰਪ੍ਰੀਤ ਸਿੰਘ ਪੱਪੀ ਫੌਜੀ ਬਲਜਿੰਦਰ ਬਿੰਦੀ ਕੈਨੇਡਾ ਤੀਰਥ ਸਿੰਘ ਜੀ ਮੰਗਾ ਪ੍ਰਧਾਨ ਦਵਿੰਦਰ ਸਿੰਘ ਜੀ ਗਾਂਧੀ ਗੋਰਾ ਸਟੂਡੀਓ ਵਾਲਾ ਸਾਡਾ ਵੀਰ ਪਾਲ ਸਿੰਘ ਜੀ ਪ੍ਰਧਾਨ ਤਾਰਾ ਕਬੱਡੀ ਖਿਡਾਰੀ ਅਮਰੀਕ ਸਿੰਘ ਭਾਈ ਜੀ ਸਾਹੋ ਦੇ ਰੱਖ ਕੇ ਹੁਣ ਇੱਟ ਬਲੈਕ ਦੇ ਵਿੱਚ ਮਿਲਦੀ ਹੈ 6-6.5 ਰੁਪਏ ਦੀ ਇੱਟਾਂ ਤੇ ਆਪਾਂ 6.5 ਰੁਪਏ ਦੇ ਹਿਸਾਬ ਨਾਲ ਤੋਂ ਪੈਸੇ ਲੈਣੇ ਬਾਅਦ ਦੇ ਵਿੱਚ ਹੈਲੋ ਭਾਈ ਜੀ ਇੱਕ ਅਸੀਂ ਹੋਰ ਦੱਸ ਦਿੰਦੇ ਹਾਂ ਕਮੇਟੀ ਵੱਲੋਂ ਸੈਮੀ ਫਾਈਨਲ ਚ ਜਿਹੜੀਆਂ ਵੀ ਟੀਮਾਂ ਦੋ ਦੋ ਜਾ ਚੁੱਕੀਆਂ ਤਿੰਨ ਜਾ ਚੁੱਕੀਆਂ ਇਹਨਾਂ ਤੇ ਜਾਊਗੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ 100 ਹੋਣੇ ਆ ਬਾਈ ਜੀ ਕੋਈ ਟੀਮ ਮਿਲਣ ਦੀ ਕੋਸ਼ਿਸ਼ ਨਾ ਕਰੇ ਸੈਮੀ ਫਾਈਨਲ ਮੈਚ ਕੰਮ ਛੱਡ ਕੇ ਬੰਦੇ ਆ ਰੱਖੇ ਆ ਦੇਖਣ ਤੇ ਵੀ ਮੱਥਾ ਟੇਕਦਾ ਹੋਇਆ ਗਰਾਊਂਡ ਦੇ ਵਿੱਚ
ਨਾਲ ਹੀ 26 ਤਰੀਕ ਨੂੰ ਜਿੱਥੇ ਜੀਰੇ ਦੀ ਧਰਤੀ ਤੇ ਰੌਣਕਾਂ ਲੱਗਣੀਆਂ, ਉਮਰੀਆਣੇ ਦੇ ਬੂਟੇ ਨੂੰ ਮੋਟਰਸਾਈਕਲ ਦਿੱਤਾ ਜਾਣਾ। ਆਪਾਂ ਸਾਰੇ ਸਮਝਾਂਗੇ। ਇਹ ਇੱਟਾਂ ਬਾਈ ਬਾਹਰ ਲੈ ਜਾਵੇ ਬਾਈ ਬਣਿਆ, ਤੋੜ ਤਾਂ ਦਿੱਤੀਆਂ ਤੂੰ, ਜਿਹੜਾ ਨੁਕਸਾਨ ਕਰਤਾ ਸਾਡਾ ਉਹ ਤਾਂ ਕਮੇਟੀ ਦਾ ਕਰਤਾ, ਪਰ ਬਾਹਰ ਲੈ ਜਾ। ਆਖਿਆ ਸੀ ਪੈਸੇ ਜਮ੍ਹਾਂ ਕਰਾ ਦੇ, ਪੈਸੇ ਦੇ ਕੇ ਜਾਊ ਤੇ ਲਏ ਬਿਨਾਂ ਜਾਣ ਨੀ ਦੇਣਾ ਆਪਾਂ। ਲਓ ਦੇਖਦੇ ਵੀ ਹੁਣ ਸੇਵਕ ਸਿੰਘ ਸ਼ੀਨਾ ਕਬੱਡੀ ਪਾਉਂਦਾ ਹੋਇਆ ਸੱਦੇ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਡਾਈਵਰ। ਵਾਕਈ ਕਹਿੰਦੇ ਵੀ ਸਿਰੇ ਦੇ ਪਲੇਅਰਾਂ ਦੇ ਨਾਲ ਲੈਸ ਹੈ ਟੀਮ ਜਿਹੜੀ ਸਾਹੋਕਿਆਂ ਦੀ ਟੀਮ ਹੈ, ਕਿਉਂਕਿ ਤਜਰਬੇਕਾਰ ਖਿਡਾਰੀ ਆ ਆਹ ਕਬੱਡੀ ਦਾ ਮਾਸਟਰ ਹੈ ਨੌਜਵਾਨ। ਇੱਕ ਪਾਸੇ ਕਬੱਡੀ ਦਾ ਮਾਸਟਰ ਤੇ ਦੂਜੇ ਪਾਸੇ ਮੁੱਛ ਫੁੱਟ ਗੱਭਰੂ ਹੈ ਸ਼ੀਨਾ ਨੌਜਵਾਨ। ਇਸ ਵੇਲੇ ਜੱਫਾ ਖੱਜੀ ਲੋਕ ਬੇਨਤੀ ਕਰਦੇ ਆ ਤੁਹਾਨੂੰ, ਬਾਅਦ ਚ ਕੋਈ ਇਤਰਾਜ਼ ਨਾ ਕਰੋ। 70 ਕਿਲੋ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ ਸੈਮੀ ਫਾਈਨਲ ਵਾਸਤੇ। ਨਾਲ ਹੀ ਇੱਕ ਪਿੰਡ ਓਪਨ ਦੀਆਂ ਟੀਮਾਂ ਨੂੰ ਵੀ ਬੇਨਤੀ ਕਰਦੇ ਆ, ਜੇ ਕੋਈ ਟੀਮ ਪਹੁੰਚੀ ਹੋਈ ਆ, ਐਂਟਰ ਨਹੀਂ ਹੋਈ ਤੇ ਐਂਟਰ ਹੋ ਜਾਏ ਇੱਕ ਅੱਧੇ ਮਿੰਟ ਦੇ ਵਿੱਚ। ਬਾਈ ਜੀ ਧੱਲੇ ਕੇ ਬਾਬਾ ਖੁਸ਼ਾ ਬੇਨਤੀ ਆ, ਖਿਡਾਰੀ ਹੈਗਾ ਖਿਡਾਰੀ ਪਹੁੰਚੇ, ਅਸੀਂ ਟਾਈਆਂ ਕੱਢਣ ਲੱਗੇ ਹਾਂ ਬਾਈ ਜੀ। ਅੱਜ ਚੱਲਦੇ ਮੈਚ ਦੀਆਂ ਵੀ ਦੋਵਾਂ ਟੀਮਾਂ ਦੇ ਜੇ ਕੋਈ ਹੈਗਾ ਖਿਡਾਰੀ ਆ ਸਕਦਾ ਤਾਂ ਪਹੁੰਚੇ ਇੱਥੇ, ਅਸੀਂ ਟਾਈਆਂ ਕੱਢਣ ਲੱਗੇ ਬਾਈ ਜੀ ਸੈਮੀ ਫਾਈਨਲ ਵਾਸਤੇ। ਲਓ ਸਾਹੋਕਿਆਂ ਵਾਲੇ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਚੂੜ ਚੱਕ ਵਾਲਾ ਕਹਿੰਦਾ ਵੀ ਅੱਗੇ ਹੋ ਕੇ ਘੇਰਦਾ ਹੋਇਆ ਕਿ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆੜ ਕੇ ਫਿਰ ਭਲਵਾਨ ਬਣਦਾ, ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆੜ ਕੇ ਫਿਰ ਭਲਵਾਨ ਬਣਦਾ। ਇਹ ਕਹਿੰਦਾ ਵੀ ਮਿਹਰ ਦੀਨ ਕਿਹੜਾ, ਕਹਿੰਦਾ ਵੀ ਇਹ ਸ਼ਾਹ ਕੋਟੀਆ ਮਿਹਰ ਦੀਨ, ਕਿਤੇ ਕਹਿੰਦੇ ਵੀ ਰੁਸਤਮੇਦ ਦਾਰਾ ਸਿੰਘ ਵਰਗੇ ਦੀ ਗੱਲ ਚੱਲੀ, ਕਿਤੇ ਪਦਮ ਸ਼੍ਰੀ ਕਰਤਾਰ ਸਿੰਘ ਹੋਣਿਆਂ ਦੀ ਗੱਲ ਚੱਲੀ, ਟਾਈਗਰ ਜੀਤ ਸਿੰਘ ਹੋਣਿਆਂ ਦੀ ਗੱਲ ਚੱਲੀ, ਪੱਟੀ ਮੋੜ ਵਾਲੇ ਸ਼ਿੰਦੇ ਦੀ ਗੱਲ ਚੱਲੀ। ਤਾਂ ਸਾਹਮਣੇ ਦੇਖਦੇ ਵੀ ਹੁਣ ਨੌਜਵਾਨ ਨੇ ਕਿੱਥੋਂ ਚੁੱਕੇ ਹੈ ਕਿ ਮਾਪੇ ਨਹੀਂ ਮੰਨਦੇ ਲੈ ਜਾ ਮੱਲੋ ਜੋਰੀ, ਚੱਲ ਵਿਆਹ ਕਰਵਾਈਏ ਵੇ ਰਾਜਣਾ ਤੂੰ ਕਾਲਾ ਮੈਂ ਗੋਰੀ, ਮਾਪੇ ਨਹੀਂ ਮੰਨਦੇ ਲੈ ਜਾ ਮੱਲੋ ਜੋਰੀ। ਵਾਕਈ ਕਹਿੰਦੇ ਵੀ ਨੌਜਵਾਨ ਜੋੜਾਵਰ ਬਣਿਆ ਹੋਇਆ ਔਰ ਨਾ ਬਸ ਤੇਰੇ ਜਾਂ ਕਿਤੇ ਬਾਬੂ ਰਜਬਲੀ ਦੀ ਗੱਲ। ਬਾਈ ਜੀ ਕੋਈ ਵੀ ਖਿਡਾਰੀ ਪਹੁੰਚਿਆ ਨੀ, ਫਿਰ ਅਸੀਂ ਟਾਈਆਂ ਕੱਢ ਦਈਏ ਇਹਨਾਂ ਦੀਆਂ ਸੈਮੀ ਫਾਈਨਲ ਵਾਸਤੇ। ਬਾਈ ਜੀ 70 ਕਿਲੋ ਦੀਆਂ ਅਸੀਂ ਟਾਈਆਂ ਕੱਢਣ ਲੱਗੇ ਹਾਂ ਸੈਮੀ ਫਾਈਨਲ ਵਾਸਤੇ। ਲਓ ਦੇਖਦੇ ਆ ਵੀ ਇੱਟੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਜਿਵੇਂ ਕਹਿੰਦੇ ਵੀ ਜਿਹੜੀ ਹਾਕੀ ਚੁਸਤੀ ਦੀ ਖੇਡ ਹੈ, ਕ੍ਰਿਕਟ ਬਾਏ ਚਾਂਸ, ਫੁੱਟਬਾਲ ਬਾਏ ਪਾਵਰ, ਤੇ ਜਿਹੜੀ ਕਬੱਡੀ ਉਹ ਜ਼ੋਰ ਦੀ ਖੇਡ ਹੈ। ਪ੍ਰੋਫੈਸਰ ਮੱਖਣ ਸਿੰਘ ਜੀ ਦੱਸਦੇ ਹੁੰਦੇ ਆ ਵੀ ਗਾਜੀਆਂ ਦੇ ਕਾਲੇ ਦੇ ਵਿੱਚ ਜ਼ੋਰ ਇੰਨਾ ਸੀ ਵੀ ਖੁੱਚ ਕੱਢ ਕੇ ਹਾਥੀ ਨੂੰ ਲੰਮਾ ਪਾ ਸਕਦਾ ਸੀ, ਕਿ ਮੱਖਣ ਜਿਹੜੇ ਇੱਕ ਵੀਰੂ ਸੇਵੀ ਤੇ ਘੋੜੀਏ ਵਾਲਾ ਗੇਲਾ, ਅੰਗਰੇਜ਼ ਅੜੈਚਾਂ ਦੇ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ, ਸਵਰਨੇ ਵਾਂਗੂ ਗੁੱਟ ਫੜ ਫੜ ਕੇ ਔਖੇ ਰੇਟਰ ਥੰਮਣੇ, ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ, ਹਰਜੀਤ ਬਰਾੜਾ ਤੇਰੇ ਘਾਟੇ ਹਲੇ ਸਤਾਉਂਦੇ ਨੇ, ਕਈ ਰੇਡਾ ਪਾਉਂਦੇ ਨੇ ਕਈ ਜਰਸੇ ਲਾਉਂਦੇ ਨੇ, ਕਈ ਰੇਡਾ ਪਾਉਂਦੇ ਨੇ ਕਈ ਜਰਸੇ ਲਾਉਂਦੇ ਨੇ। ਕਬੱਡੀ ਭਲਵਾਨ ਦੀ ਹੈ, ਹੁਣ ਚਾਰ ਜਾਫੀ ਹੈ, ਗੁੱਟ ਫੜਿਆ ਤੇ ਛੜਾਇਆ ਗੁੱਟ, ਨੌਜਵਾਨ ਸਕੰਜ ਦੇ ਵਿੱਚੋਂ ਨਿਕਲ ਗਿਆ ਤੇ ਪੁਆਇੰਟ ਜਿਹੜਾ ਭਲਵਾਨ ਸਾਹੋਗਿਆਂ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ। ਵਾਕਈ ਕਹਿੰਦੇ ਵੀ ਚਾਰ ਚ ਫਿਰ ਇੱਕੋ ਜਿਹਾ ਸਰੀਰ, ਬੰਦ ਗੋਭੀ ਵਰਗਾ ਸਰੀਰ ਹੈ, ਸਿਫਤ ਕਰਦੇ ਦਿਲ ਕਹਿ। ਬਾਈ ਜੀ ਸੈਮੀ ਫਾਈਨਲ ਦੀਆਂ ਟਾਈਆਂ ਨਿਕਲ ਗਈਆਂ, ਧੱਲੇ ਕੇ ਵਰਸਿਸ ਰੱਜੀ ਵਾਲਾ ਪਹਿਲਾ ਮੁਕਾਬਲਾ, ਬਾਬਾ ਖੁਸ਼ਹਾਲ ਕਲੱਬ ਚੜੈਕ ਤੇ ਇਹਨਾਂ ਦੇ ਜਿਹੜੀ ਜੇਤੂ ਹੋਊਗੀ। ਦਾਤੇ ਪਿੰਡ ਦਾ ਬੀਰੀ ਬੰਬ ਨੌਜਵਾਨ ਖੇਡ ਮੈਦਾਨ ਦੇ ਵਿੱਚ, ਚਾਰ ਜਾਫੀਆਂ ਦੇ ਵਿੱਚ ਹੁਣ ਦੇਖਾਂਗੇ ਵੀ ਕੌਣ ਡੱਕੂ,
ਕੌਣ ਰਕਵੇ ਦੇ ਸਮੇਂ ਨੇ ਦੱਸਣਾ ਕਿ ਬਿਨ ਖੱਬਾ ਤੋਂ ਕਦੇ ਕਬੂਤਰ ਅੰਬਰੀ ਉੱਡਦੇ ਨਾ, ਉਮਰ ਵਕਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜਦੇ ਨਾ, ਉਮਰ ਚੜ੍ਹਦੀ ਸੁੱਖੀ ਸਾਂਦੀ ਵਸਣ ਪੰਜਾਬੀ ਦਲੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ, ਕਿ ਮਰਨ ਡੰਡ ਤੇ ਚੱਕਣ ਵੇਟ, ਰੱਬਾ ਲੱਗੇ ਨਾ ਕਿਸੇ ਦੇ ਸੱਟ ਫੇਟ, ਡੌਲਿਆਂ ਤੇ ਬਣਾਉਂਦੇ ਰਹਿਣ ਟੈਟੂ ਚੀਤੇ ਸ਼ੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮਿਹਰ ਮਾਲਕਾ। ਸੁਰਿੰਦਰ ਕੌਰ ਦੀ ਹੇਕ ਤਰ੍ਹਾਂ ਵੱਜੀ ਆ ਵਿਸਲ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਸਾਡੇ ਵੀਰਾਂ ਦੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣਾ। ਫੌਜੀ ਇੱਕ ਵਾਰੀ ਫਿਰ ਦੱਸ ਦੇ ਵੀ ਕਿਹੜੀ ਟੀਮ ਨੇ ਕਿਹਦੇ ਨਾਲ ਖੇਡਣਾ। ਨਾਲ ਹੀ ਸਾਡੇ ਵੀਰ ਲੱਖੀ ਹੋਣੀ ਪੁੱਜੇ ਆ, ਕੋਟ ਸੁਖੀ ਦੀ ਟੀਮ ਪੁੱਜੀ ਹੈ। ਫੌਜੀ ਅਨਾਊਂਸ ਕਰ ਦਿਓ ਵੱਡੇ ਵੀਰ। ਭਾਈ ਜੀ ਢੱਲੇ ਕੇ ਵਰਸਸ ਰੱਜੀ ਵਾਲਾ ਇਹ ਜਲਦੀ ਪਹੁੰਚੇ ਸੈਮੀ ਫਾਈਨਲ ਵਾਸਤੇ ਤੇ ਮੈਚ ਤੋਂ ਪਹਿਲਾਂ ਇਹਨਾਂ ਨੂੰ ਸੌ ਖਵਾਈ ਜਾਣੀ ਆ। ਮੈਚ ਤੋਂ ਪਹਿਲਾਂ ਇਹਨਾਂ ਦੀ ਪੂਰੀ ਟੀਮ ਨੂੰ ਸੌ ਖਵਾਈ ਜਾਣੀ ਆ। ਬਾਈ ਜੀ ਢੱਲੇ ਕੇ ਵਰਸੇ ਰੱਜੀ ਵਾਲਾ ਸਾਡੀ ਕਮੇਟੀ ਦਾ ਫੈਸਲਾ ਹੈ ਤੇ ਦੂਜਾ ਮੁਕਾਬਲਾ ਬਾਬਾ ਖੁਸ਼ਹਾਲ ਕਲੱਬ ਚੜੈਕ ਤੇ ਜੋ ਕਿਹੜੀ ਜਿੱਤੀ ਆ ਬਾਈ ਜੀ ਇਹਦੇ ਵਿੱਚੋਂ ਸਾਹੋਗਿਆਂ ਦੀ ਟੀਮ ਜਿੱਤ ਗਈ ਹੈ। ਲੈ ਬਾਈ ਸਾਹੋਗੇ ਭਿੜਨਗੇ ਚੜੈਕ ਨਾਲ ਬਾਈ ਜੀ। ਬਾਈ ਜੀ ਆਪਾਂ ਧੰਨਵਾਦ ਕਰਦੇ ਪੰਜਾਬ ਲਾਈਵ ਬਣਦਾ। ਪੰਜਾਬ ਲਾਈਵ ਵੰਨ ਤੇ ਦਿਖਾਇਆ ਜਾ ਰਿਹਾ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਦਾ ਇਹ ਕਬੱਡੀ ਕੱਪ। ਰੱਜੀ ਵਾਲਾ ਦੇ ਨਾਲ ਹੀ ਬੇਨਤੀ ਆ ਕਿਹੜੀ ਆ ਜਾਣ ਬਾਈ ਜੀ ਜੇ ਕਿਤੇ ਝੂਠੀ ਸੌ ਖਾਧੀ ਕਰਾਓ ਬਾਈ ਜੀ ਮੈਚ ਸ਼ੁਰੂ। ਇਹਨਾਂ ਦਾ ਬਹੁਤ ਚਿਰ ਹੋ ਗਏ ਇਹਨਾਂ ਨੂੰ ਉਡੀਕਦਿਆਂ ਨੂੰ। ਆਪਾਂ ਵਿਸਲ ਮਾਰੀਏ।